ਤਨ ਧਰਤੀ ਉਹ ਥਾਨ ਧਨ ਗੁਰ ਸਿੱਖ ਸਾਧੂ ਪੈਰ ਧਰਨ ਦਾ ਚਰਨ ਧੂੜ ਪ੍ਰਧਾਨ ਕਰ ਸੰਤ ਬੇਦ ਜਸ ਗਾਏ ਸੁਣੰਦਾ ਮਤ ਸੁਮਤ ਤੇਰੇ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਪਾਵੇ ਤਿਵੇਂ ਬੋਲਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਪਾਵੇ ਤਿਵੇਂ ਬੋਲਨੀ ਪਰਮ ਪੂਜੀਏ ਪਾਤ ਵਾਲੀਏ ਕੁਲ ਆਲਮ ਹਜ਼ੂਰੇ ਅਨਵਰ ਸ਼ਾਹੇ ਸ਼ਹਿਨਸ਼ਾਹ ਛਤਰ ਚਵਰ ਤਖਤ ਦੇ ਮਾਲਿਕ ਰੂਹਾਨੀਅਤ ਦੇ ਮੁਜੱਸਮੇ ਕਲਯੁਗ ਦੇ ਬੋਹਿਤ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ਹੀਦ ਭਾਈ ਸੁੱਖਾ ਸਿੰਘ ਜੀ ਮਹਿਤਾਬ ਸਿੰਘ ਜੀ ਜਨਰਲ ਹੌਸਪੀਟਲ ਦੇ ਵਿਹੜੇ ਵਿੱਚ ਸਜੀ ਹੋਈ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਹੌਸਪੀਟਲ ਦੇ ਸਾਲਾਨਾ ਸਮਾਗਮ ਦੇ ਵਿੱਚ ਆਪ ਜੀ ਬੜੀ ਸ਼ਰਧਾ ਸਤਿਕਾਰ ਭਾਵਨਾ ਸਹਿਤ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੋਈ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਦੀਵਾਨ ਸਜੇ ਨੇ ਸਾਹਿਬਾਂ ਦੀ ਪਾਵਨ ਗੋਦ ਦਾ ਨਿੱਘ ਮਾਣ ਰਹੇ ਹੋ। ਮਹਾਂਪੁਰਸ਼ ਸੰਤ ਬਾਬਾ ਸੁਖਜੀਤ ਸਿੰਘ ਜੀ ਆਪ ਜੀ ਨੂੰ ਗੁਰ ਇਤਿਹਾਸ ਗੁਰੂ ਵਿਚਾਰਾਂ ਸਰਵਣ ਕਰਵਾ ਰਹੇ ਸੀ। ਸਰਦਾਰ ਜਗਜੀਤ ਸਿੰਘ ਜੀ ਜੋ ਹੁਣੇ ਬਚਨ ਕਹਿ ਰਹੇ ਸਨ, ਸਮੇਂ ਦੀ ਪਾਬੰਦੀ ਸਮੇਂ ਦੀ ਘਾਟ ਹੈ, ਬਹੁਤ ਸਾਰੇ ਬੁਲਾਰੇ ਨੇ। ਦਾਸ ਬੇਨਤੀ ਕਰ ਦੇਵੇ ਕਿ ਬੁਲਾਰਿਆਂ ਦੀ ਲਿਸਟ ਵਿੱਚ ਦਾਸ ਨਹੀਂ ਆਉਂਦਾ, ਦਾਸ ਇੱਕ ਸੇਵਾਦਾਰ ਕਰਕੇ ਆਉਂਦਾ। ਲੋੜ ਪਵੇ ਤੇ ਚਾਹੇ 2 ਘੰਟੇ ਬੁਲਾ ਲਓ, ਜੇ ਨਾ ਲੋੜ ਹੋਵੇ ਤਾਂ 2 ਮਿੰਟ ਵੀ ਬਹੁਤ ਨੇ। ਆਪ ਜੀ ਹੁਣੇ ਸੰਗਤ ਦੀ ਗੱਲ ਕਰ ਰਹੇ ਸੀ, ਆਓ ਇੱਕ ਵਾਰੀ ਸ਼ਰਧਾ ਸਤਿਕਾਰ ਸਹਿਤ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ 2 ਪ੍ਰਕਾਰ ਦੇ ਧਨ ਦਾ ਜ਼ਿਕਰ ਕੀਤਾ ਹੈ। ਇੱਕ ਉਹ ਧਨ ਹੈ ਜਿਸ ਧਨ ਦੇ ਇਕੱਤਰ ਕਰਨ ਕਰਕੇ ਧਨ ਦੇ ਖਜ਼ਾਨੇ ਪ੍ਰਾਪਤ ਕਰਨ ਵਾਸਤੇ ਚਾਹੇ 40 ਗੰਜ ਵੀ ਇਕੱਤਰ ਕਰ ਲਈਏ, ਤੇ ਸਤਿਗੁਰਾਂ ਨੇ ਐਸੇ ਧਨ ਇਕੱਤਰ ਕਰਨ ਵਾਲੇ ਨੂੰ ਮੂਰਖ ਦੀ ਉਪਾਧੀ ਦੇ ਦਿੱਤੀ ਹੈ। ਕਾਚਾ ਧਨ ਸੰਚਹਿ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਾਵਾਰ,
ਸਾਹਿਬਾਂ ਨੇ ਉਸ ਨੂੰ ਮਨਮੁਖ ਕਹਿ ਦਿੱਤਾ ਹੈ ਕਿ ਉਹ ਮਨਮੁਖ ਭੁੱਲੇ ਹੋਏ ਨੇ ਜਿਹੜੇ ਕੱਚਾ ਧਨ ਦੁਨਿਆਵੀ ਧਨ ਇਕੱਤਰ ਕਰਕੇ ਆਪਣਾ ਜੀਵਨ ਬਤੀਤ ਕਰ ਜਾਂਦੇ ਨੇ। ਔਰ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਦੂਸਰੇ ਧਨ ਦਾ ਜ਼ਿਕਰ ਕਰਦਿਆਂ ਇਹ ਬਚਨ ਕਹੇ ਨੇ, ਇਹੋ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਇੱਕ ਅਖੁੱਟ ਧਨ ਹੈ ਜਿਹੜਾ ਕਦੇ ਮੁੱਕਦਾ ਹੀ ਨਹੀਂ ਹੈ, ਉਹ ਕਿਹੜਾ ਧਨ ਹੈ? ਜਿਹੜਾ ਸਰਦਾਰ ਅਵਤਾਰ ਸਿੰਘ ਜੀ ਕਲੇਰ ਸਾਹਿਬ ਬੈਠੇ ਨੇ, ਅਮਰਵੀਰ ਸਿੰਘ ਜੀ ਬੈਂਸ ਸਾਹਿਬ ਬੈਠੇ ਨੇ, ਸਰਦਾਰ ਮਹਿੰਦਰ ਸਿੰਘ ਜੀ ਚੱਠਾ ਸਾਹਿਬ, ਸਮੂਹ ਪਰਿਵਾਰ ਸੰਗਤ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਧਨ ਦੇ ਖਜ਼ਾਨੇ ਜਮ੍ਹਾਂ ਕਰ ਦਿੱਤੇ ਨੇ, ਇਹ ਅਖੁੱਟ ਧਨ ਹੈ। ਇਸਨੇ ਕਦੇ ਮੁੱਕਣਾ ਹੀ ਨਹੀਂ, ਸਦੀਆਂ ਬੀਤ ਜਾਣੀਆਂ ਨੇ, ਇਹ ਧਨ ਜਿਉਂ ਦਾ ਤਿਉਂ ਚੱਲਦਾ ਰਹਿਣਾ। ਸਤਿ ਸ੍ਰੀ ਅਕਾਲ। ਇਸ ਕਰਕੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹਨਾਂ ਨੂੰ ਗੁਰਮੁਖਾਂ ਦੀ ਉਪਾਧੀ ਦਿੱਤੀ ਹੈ, ਜਿਹੜੇ ਆਪਣੇ ਧਰਮ ਦੀ ਕਮਾਈ ਵਿੱਚੋਂ ਧਨ ਦਾ ਕਰਮ ਕਰਦੇ ਨੇ। ਮੈਂ ਇੱਕ ਬਚਨ ਆਪ ਜੀ ਦੇ ਸਾਹਮਣੇ ਰੱਖਦਿਆਂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹਰ ਕੇ ਅਰਥ ਖਰਚ ਨਾ ਸਕੈ, ਜਮ ਕਾਲ ਸਹਿ ਸਿਰ ਪੀੜਾ। ਜਿਹੜਾ ਧਨ ਕੋਈ ਹਰੀ ਦੇ ਅਰਥ, ਜਿਹੜਾ ਧਨ ਕਿਸੇ ਪਰਉਪਕਾਰ ਵਾਸਤੇ, ਕਿਸੇ ਗਰੀਬ ਵਾਸਤੇ ਖਰਚ ਨਹੀਂ ਨਾ ਸਕਦਾ, ਉਹ ਕਹਿੰਦੇ ਜਮਾਂ ਦੀ ਪੀੜਾ ਸਹਿਣੀ ਪੈਂਦੀ ਹੈ ਉਸ, ਕਿਉਂਕਿ ਜਿਹਦੇ ਵਾਸਤੇ ਤੁਸੀਂ ਪਰਉਪਕਾਰ ਦਾ ਕਰਮ ਕਰਦੇ ਹੋ ਨਾ, ਉਹਦੇ ਮੁੱਖ ਵਿੱਚੋਂ, ਰਸਨਾ ਵਿੱਚੋਂ ਤੁਹਾਡੇ ਪ੍ਰਤੀ ਸਤਿਕਾਰ ਦੇ ਸ਼ਬਦ ਨਿਕਲਦੇ ਨੇ, ਉਹ ਤੁਹਾਡੇ ਵਾਸਤੇ ਪਰਮਾਤਮਾ ਦੇ ਅੱਗੇ ਦੁਆ ਕਰਦਾ ਹੈ। ਇਹ ਤਾਂ ਕਿਸੇ ਕੁੱਤੀ ਦੇ ਕਤੂਰਿਆਂ ਨੂੰ ਜਲ ਛਕਾ ਦਿੱਤਾ ਜਾਏ ਤੇ ਉਹ ਵੀ ਅੱਲਾਹ ਤਾਲਾ ਦੇ ਅੱਗੇ ਦੁਆ ਕਰਦੀ ਹੈ। ਬੇਨਤੀ ਕਰ ਰਹੇ ਸੀ ਸੰਗਤ ਦੀ, ਇਹ ਜਿਹੜੀ ਤੁਸੀਂ ਸੰਗਤ ਕਰ ਰਹੇ ਹੋ ਨਾ, ਇੱਕ ਘੜੀ ਦੀ ਸੰਗਤ ਕੀਤੀ, ਅੱਧੀ ਘੜੀ ਦੀ ਸੰਗਤ ਕੀਤੀ ਵੀ ਜੀਵਨ ਜਿਹੜਾ ਨਾ ਮਹਾਨ ਬਣਾ ਦਿੰਦੀ ਹੈ। ਮੈਂ ਇੱਕ ਵਿਦਵਾਨ ਦੇ ਸ਼ਬਦ ਪੜ੍ਹੇ ਨੇ, ਮੁਸਲਮਾਨ ਫਕੀਰ ਹੈ ਔਰ ਨਾਲ ਉਹ ਕਵੀ ਵੀ ਹੈ। ਉਸ ਮਾਨ ਮੁਸਲਮਾਨ ਫਕੀਰ ਕਵੀ ਨੇ ਬੜੇ ਕਮਾਲ ਦੇ ਸ਼ਬਦ ਕਹੇ ਨੇ। ਉਹ ਕਹਿੰਦੇ, ਭਲਿਆ ਇੱਕ ਪਾਸੇ ਤੇਰੀ 100 ਸਾਲ ਦੀ ਤਪੱਸਿਆ ਹੋਵੇ, ਥੋੜਾ ਉੱਚਾ ਕਰਨਾ, ਇੱਕ ਪਾਸੇ ਤੇਰੀ 100 ਸਾਲ ਦੀ ਤਪੱਸਿਆ ਹੋਵੇ ਨਾ, ਤੇ ਇੱਕ ਪਾਸੇ ਤੁਸੀਂ ਕਿਸੇ ਗੁਰਮੁਖ ਪਿਆਰੇ ਦੀ ਇੱਕ ਘੜੀ ਸੰਗਤ ਕਰ ਲਵੋ, ਇੱਕ ਘੜੀ ਦੀ ਕੀਤੀ ਹੋਈ ਸੰਗਤ 100 ਸਾਲ ਦੀ ਬੰਦਗੀ ਨਾਲੋਂ ਕਿਤੇ ਜ਼ਿਆਦਾ ਹੈ। ਉਸਨੇ ਬੜੇ ਪਿਆਰੇ ਸ਼ਬਦ ਕਹੇ ਨੇ, ਉਹ ਕਹਿੰਦਾ, ਯਕ ਜ਼ਮਾਨੇ ਸੋਭਤੇ ਬਾ ਔਲੀਆ, ਬਿਹਤਰ ਅੱਜ 100 ਸਾਲ ਤਾਇਤ ਬੇਰਿਆ, ਗਰ ਸੰਗੇ ਖਾਰ ਔ ਮਰਮਰ ਬਵੀ, ਯਕ ਸਾਹਿਬ ਰਸੇਲੀ ਬੇਰਸ ਰਵਾ, ਹਮ ਨਿਸ਼ੀਨੀ ਸਾਹਮਣੇ ਬਾ ਔਲੀਆ, ਬਿਹਤਰ ਅੱਜ 100 ਸਾਲ ਤਾਇਬ ਬੇਰਿਆ। ਉਹ ਕਹਿੰਦਾ, ਅਗਰ 100 ਸਾਲ ਦੀ ਤਪੱਸਿਆ ਕਰਨ ਵਾਲਾ ਮਨੁੱਖ ਜਿਹੜਾ ਹੈ ਨਾ, ਉਹਦੇ ਨਾਲੋਂ ਇੱਕ ਘੜੀ ਦੀ ਸੰਗਤ ਕਰਨ ਵਾਲਾ ਮਨੁੱਖ ਮਹਾਨ ਹੈ। ਕਿਸੇ ਗੁਰੂ ਦੇ ਪਿਆਰੇ ਦੀ, ਸਤ ਮਹਾਂਪੁਰਸ਼ ਦੀ, ਗੁਰੂ ਕੀ ਸੰਗਤ ਦੀ ਸੰਗਤ ਕਰ ਲਵੇ
ਇੱਕ ਘੜੀ ਦੀ ਸੰਗਤ 100 ਸਾਲ ਦੀ ਬੰਦਗੀ ਨਾਲੋਂ ਕਿਤੇ ਮਹਾਨ ਹੈ। ਕਿਉਂ? ਗਰ ਸੰਗੇ ਖਾਰ ਔ ਮਰਮਰ ਬਵੀ, ਕਹਿੰਦੇ ਉਹਦਾ ਜੀਵਨ ਜਿਹੜਾ ਹੈ ਨਾ, ਖਾਰ ਕਹਿੰਦੇ ਕੰਡੇ ਨੂੰ, ਉਹਦਾ ਜੀਵਨ ਜਿਹੜਾ ਕੰਡਿਆਂ ਦੀ ਤਰ੍ਹਾਂ ਦੁਖਦਾਇਕ ਹੋਵੇ, ਉਹਦਾ ਜੀਵਨ ਪੱਥਰ ਦੀ ਤਰ੍ਹਾਂ ਕਠੋਰ ਹੋਵੇ, ਹਰ ਇੱਕ ਨੂੰ ਚੋਟ ਦੇਣ ਵਾਲਾ ਹੋਵੇ, ਤੇ ਜੇ ਕਿਤੇ ਉਹ ਗੁਰੂ ਦੇ ਪਿਆਰਿਆਂ ਦੀ ਸੰਗਤ ਕਰ ਲਵੇ, ਉਹ ਵੀ ਅਨਾਰ ਬਣ ਜਾਂਦਾ ਹੈ, ਗੁਲਜ਼ਾਰ ਬਣ ਜਾਂਦਾ। ਬਿਹਤਰ ਅੱਜ ਸਦਸਾਲੇ ਤਾਇਬ ਬੇਰਿਆ, ਉਹ ਵੀ ਮਹਾਨ ਬਣ ਜਾਂਦਾ ਹੈ। ਤੇ ਆਪ ਜੀ ਸਭ ਕਬੀਰ ਸਾਹਿਬ ਜੀ ਦੇ ਬਚਨ ਪੜ੍ਹਦੇ ਹੋ ਨਾ, ਕਬੀਰ ਏਕ ਘੜੀ ਆਦੀ ਘੜੀ, ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸਤੇ, ਜੋ ਕੀਨੋ ਸੋ ਲਾਭ। ਇੱਕ ਘੜੀ ਦਾ ਚੌਥਾ ਹਿੱਸਾ ਸਾਢੇ 7 ਪਲਾਂ ਦੀ ਘੜੀ ਹੁੰਦੀ ਹੈ, ਤੇ ਪੌਣੇ ਇੱਕ 2 ਪਲ ਦੀ ਸੰਗਤ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਆਉਣਾ ਹੈ ਨਾ, ਸ਼ਰਧਾ ਸਤਿਕਾਰ ਨਾਲ ਬੈਠ ਕੇ ਮੱਥਾ ਟੇਕ ਕੇ ਤੇ ਗੋਡਾ ਨਵਾ ਕੇ ਬਹਿ ਕੇ ਬੇਸ਼ੱਕ ਉੱਠ ਜਾਏ। ਕਬੀਰ ਸਾਹਿਬ ਕਹਿੰਦੇ ਇੰਨੀ ਸੰਗਤ ਦੀ ਮਹਾਨਤਾ ਹੈ। ਗੁਸਾਈ ਤੁਲਸੀਦਾਸ ਜੀ ਨੇ ਬੜਾ ਪਿਆਰਾ ਸ਼ਬਦ ਕਿਹਾ, ਗੁਸਾਈ ਤੁਲਸੀਦਾਸ ਜੀ ਕਹਿੰਦੇ ਏਕ ਘੜੀ ਆਦੀ ਘੜੀ, ਆਦੀ ਕੀਤੀ ਆਦ ਭਗਤਨ ਸੇਤੀ ਗੋਸਟੇ, ਕੋਟ ਘਟੇ ਅਪਰਾਧ। ਕਬੀਰ ਸਾਹਿਬ ਕਹਿੰਦੇ ਇੱਕ ਘੜੀ ਤੋਂ ਅੱਧੀ ਕਰ ਲੈ, ਅੱਧੀ ਤੋਂ ਅੱਧੀ ਕਰ ਲੈ, ਤੇ ਗੁਰੂ ਦੇ ਪਿਆਰਿਆਂ ਦੀ, ਨਾਮ ਦੇ ਰਸੀਆਂ ਦੀ, ਨਿਤ ਨੇਮੀਆਂ ਦੀ, ਅੰਮ੍ਰਿਤ ਵੇਲੇ ਜਾਗਣ ਵਾਲਿਆਂ ਦੀ ਸੰਗਤ ਕਰ ਲੈ, ਕੋਟ ਘਟੇ ਅਪਰਾਧ। ਕੋਟ ਤੋਂ ਭਾਵ ਕਰੋੜਾਂ, ਕਰੋੜਾਂ ਅਪਰਾਧ ਜਿਹੜੇ ਨੇ ਉਹ ਤੇਰੇ ਜੀਵਨ ਵਿੱਚੋਂ ਘਟ ਜਾਣਗੇ, ਕਿਉਂਕਿ ਸੰਗਤ ਵਿੱਚੋਂ ਇੱਕ ਸੱਤ ਦੀ ਪ੍ਰਾਪਤੀ ਹੁੰਦੀ ਹੈ। ਕਿਤੇ ਮਹਾਂਪੁਰਸ਼ ਆਏ ਬੈਠੇ ਨੇ, ਬੰਦਗੀ ਕਰ ਰਹੇ ਨੇ ਮਹਾਂਪੁਰਸ਼, ਕਿਸੇ ਜੰਗਲ ਦੇ ਵਿੱਚ ਬੈਠੇ ਹੋਏ, ਇੱਕ ਨੌਜਵਾਨ ਦੀ ਨਜ਼ਰ ਪੈ ਗਈ ਉਸ ਮਹਾਂਪੁਰਸ਼ ਦੇ ਉੱਤੇ, ਤੇ ਜਾਂਦਿਆਂ ਜਾਂਦਿਆਂ ਉਸ ਮਹਾਂਪੁਰਸ਼ ਦੇ ਕੋਲ ਬੈਠ ਗਿਆ। ਅਸੀਂ ਵੀ ਕਈ ਵਾਰੀ ਸੁਭਾਵਕ ਦੇਖਦੇ ਹਾਂ, ਕੋਈ ਗੁਰਮੁਖ ਪਿਆਰਾ ਹੋਵੇ ਤੇ ਉਹਦੇ ਕੋਲ ਖਲੋ ਜਾਂਦੇ ਹਾਂ। ਤੇ ਮੈਂ ਬੇਨਤੀ ਕਰਾਂ, ਸੱਤ ਸੰਗੀ ਦੀ ਸੰਗਤ ਕਰਨੀ ਹੈ, ਕਿਸੇ ਮੂਰਖ ਦੀ ਸੰਗਤ ਨਹੀਂ ਕਰਨੀ। ਕਬੀਰ ਸੰਗਤ ਕਰੀਏ ਸਾਧਕੀ, ਦਿਨ ਦਿਨ ਦੂਨਾ ਹੇਤ ਪ੍ਰਸਾਗਤ ਕਾਰੀ ਕਾਂਬਰੀ, ਧੋਏ ਹੋਏ ਨਾ ਸੇਤ। ਸਾਗਤ ਤੇ ਕਾਲੀ ਕੰਬਲੀ ਵਰਗਾ ਨੌਜਵਾਨ ਬੈਠ ਗਿਆ, ਮਹਾਂਪੁਰਸ਼ਾਂ ਦੇ ਬਚਨ ਸੁਣੇ, ਥੋੜਾ ਆਨੰਦ ਆਇਆ। ਆਨੰਦ ਆਉਣ ਕਰਕੇ ਅਗਲੇ ਦਿਨ ਫਿਰ ਚਲੇ ਗਿਆ, ਅਗਲੇ ਦਿਨ ਫਿਰ ਚਲੇ ਗਿਆ। 5-7 ਦਿਨ ਜਦੋਂ ਗਿਆ, ਮਹਾਂਪੁਰਸ਼ਾਂ ਦੀ ਸੰਗਤ ਕੀਤੀ, ਇੱਕ ਦਿਨ ਕਹਿਣ ਲੱਗਿਆ, ਮਹਾਰਾਜ ਸੰਤ ਜੀ, ਮੈਂ ਕੱਲ੍ਹ ਨੂੰ ਤੁਹਾਡੇ ਦਰਸ਼ਨ ਕਰਨ ਵਾਸਤੇ ਨਹੀਂ ਆ ਸਕਾਂਗਾ। ਉਹ ਕਹਿੰਦੇ ਕਾਕਾ ਕਿਉਂ, ਕੀ ਗੱਲ ਭਾਈ, ਬਚਨ ਚੰਗੇ ਨਹੀਂ ਲੱਗਦੇ, ਸੰਗਤ ਚੰਗੀ ਨਹੀਂ ਲੱਗਦੀ? ਮਹਾਰਾਜ ਜੀ, ਚੰਗੀ ਤੇ ਬਹੁਤ ਲੱਗਦੀ ਹੈ, ਪਰ ਘਰ ਦੇ ਕਾਰ ਵਿਹਾਰ ਨੇ, ਕੱਲ ਮੈਨੂੰ ਸ਼ਹਿਰ ਜਾਣਾ ਪੈਣਾ ਹੈ, ਤੇ ਸ਼ਹਿਰੋਂ ਕੁਝ ਸਮਾਨ ਲੈ ਕੇ ਆਉਣਾ, ਘਰ ਦੇ ਵਾਸਤੇ ਜ਼ਰੂਰਤ ਹੈ। ਮਹਾਤਮਾ ਕਹਿਣ ਲੱਗੇ, ਕਾਕਾ ਇਹ ਤੇ ਬਹੁਤ ਸੋਹਣੀ ਗੱਲ ਹੈ, ਮੈਂ ਵੀ ਕਈਆਂ ਦਿਨਾਂ ਤੋਂ ਉਡੀਕ ਰਿਹਾ ਸੀ ਵੀ ਕੋਈ ਸ਼ਹਿਰ ਜਾਣ ਵਾਲਾ ਮਿਲ ਜਾਏ, ਤੇ ਸ਼ਹਿਰੋਂ ਕੁਝ ਸਮਾਨ ਮੈਂ ਵੀ ਮੰਗਾਉਣਾ। ਮਹਾਰਾਜ ਦੱਸੋ ਕੀ ਮੰਗਾਉਣਾ ਆਪ ਜੀ ਨੇ? ਤੇ ਮਹਾਂਪੁਰਸ਼ ਕਹਿਣ ਲੱਗੇ, ਕਾਕਾ ਮੈਂ ਜੋ ਸਮਾਨ ਮੰਗਾਉਣਾ ਹੈ ਨਾ, ਬੜੇ ਖਿਆਲ ਨਾਲ ਲੈ ਕੇ ਆਉਣਾ ਪੈਣਾ, ਸੰਭਾਲ ਕੇ ਲੈ ਕੇ ਆਉਣਾ ਪੈਣਾ। ਮੇਰੀਆਂ ਬੱਚੀਆਂ, ਮੇਰੀਆਂ ਭੈਣਾਂ ਬੈਠੀਆਂ ਨੇ, ਵੀਰ ਭਰਾ ਬਜ਼ੁਰਗ ਬੈਠੇ, ਗੱਲ ਬੜੀ ਖਿਆਲ ਵਿੱਚ ਰੱਖਣ ਵਾਲੀ ਹੈ।
महाराज जी की समान मंगाउणा है? कहिंदे तीन चीजां मंगाउणियां ने, संगत विचों बहुत कुछ प्राप्त हुंदा है। तीन चीजां मंगाउणियां ने, ते कागज ते कलम लै लै, तैनू मैं नोट करवा दिया। संत जी तीन ते चीजां ने, मैं भला भुलण वाला? मेरी मैमरी बहुत कायम है, मैं भुलदा नहीं। तुसी दसो की मंगाउणा है? नहीं काका, कई वारी समान लईए ना ते जांदिया जांदिया कई गल भुल जांदी है, विसर जांदी है, इस करके तू नोट कर लै। कलम ते कागज लै लिया, महापुरश नोट करवाउण लगे, तुसी भी नोट कर लियो। जे दसो महाराज की मंगाउणा है? महापुरश कहण लगे, काका नोट कर। पहली सौदा जरा वधे वधे वधे, लिख लिया बच्चे ने कि वधे वधे। दूसरा नोट कर लिया, घटे घटे घटे, वो भी नोट कर लिया। हुण तीसरा समान जरा वह भी नोट कर लिया, ना वधे ते ना घटे। हैरान हो गया भी इहो जिहा सौदा ते मैं कदे सुनिया ही नहीं, कदे लियांदा नहीं, कदे खरीदया ही नहीं। ये तो नाम मैं अज पहली बार सुन रहा। खैर नोट करके अपने कागज ते चले गया बाजार विच। ओ लड़का दुकान दुकान ते जाके पुछदा है, ते जदो पुछदा है ना दुकानदार पासों, ते कई दुकानदार उसनू मखौल भी कर देंदे ने। इन्हें बच्चे ने समझिया कि मैं संतां दे कोल जांदा, बचन खुल गए सी। कई वारी संतां नू टीचर मखौल भी कर लिया, कि संत मैनू मखौल तो नहीं कर रहे, कितने मैनू मखौल करदे हुण संत। जिस भी दुकान ते जांदा अगों मखौल करदे ने भी ये सौदा किहड़ा तैनू दईए असीं। सत संगियो, गुरु नानक पातशाह ने बचन कहा सी ना, सच की है ते झूठ की है, खरीद के लियाउणा है। आप जी इतिहास तो जाणू, समा दास कोल नहीं है, क्योंकि समय की बहुत पाबंदी जरूरी होंदी, हर एक नूं चाहीदी है रखणी। सच की है ते झूठ की है, गुरु नानक पातशाह ने भेजिया सी। इसे तरह महात्मा ने भेजे है कि हमेशा वधे वधे, घटे घटे, ना वधे तो ना घटे। किसी ने यह सौदा नहीं दिता, बाजार विचों बड़े अफसोस विच वापस आ रहा। आउंदियां नूं एक संत मिल गया रस्ते दे विच। वो कहिंदे काका बड़ा अफसोस जे विच लगदा है, क्योंकि साडे जीवन का प्रभाव साडे चेहरे तो पैंदा है, भी यह खुश है कि यह अफसोस विच है, नाराज है, यह गुस्से विच है, खुशी विच है, चेहरे के हाव भाव दस देंदे ने। संत ने पुछया, काका तू बड़ा हैरान है, की गल है? कहन लगे महाराज, संत जी तुहाडे वर्गे एक संत महापुरश ने कुछ सौदा मंगवाया है, पर वह सौदा मिलिया ही नहीं बाजारों, मैं अफसोस विच वापस जा रहा। कहिंदे की सौदा है? कागज कढ़िया। संतां नूं कागज दिखाया उस नौजवान ने, ते संतां ने जदों पढ़िया भी पहला वधे वधे, दूसरा घटे घटे, तीसरा ना वधे ना घटे, संत मुस्कुरा पए। कहण लगे, सौदा मिलिया नहीं कितों दुकान तो? नहीं महाराज जी, किसी ने सौदा नहीं दिता, तैनूं देना भी किसी ने नहीं सी। ये किसी दुकानदार की समझ में नहीं आने वाला सौदा की है। महाराज आप जी दस सकते हो? कहिंदे हां, संत दे शब्द संत ही समझ सकदा है। संत नूं समझण वास्ते संत बनना पैंदा है। ब्रह्म ज्ञानी की अवस्था उही जान सकदा है, ब्रह्म ज्ञानी जिहड़ा होवे। ब्रह्म ज्ञानी की गत ब्रह्म ज्ञानी जाने, ते गुरु नूं जानना ते बहुत दूर दी गल है। असी ना जानन करके गुरु ते उंगला चुक रहे हैं। अज गुरु दीआं कीतीआं बख्शिशां दे उत्ते असी तर्क कर रहे हैं। मैं बेनती कर रहा सी
संत कहन लगे ए संत दी भाषा संत ही जान सकते ने। बहुत सत्कारयोग कादर गुलाम हैदरी साहब जी भी आ रहे ने, संगतां दे दर्शन करने ने, उन्होंने भी अदब सत्कार है, आओ जी आया नू। मैं बेनती कर रहा सी संत दी भाषा संत ही समझ दे। महाराज जी फिर आप जी दसो के की है, कहिंदे काका नोट करना मैं तेनू सौदा दस देना भी केड़ा सौदा है। जेड़ा वधे 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 महापुरुष कहन लगे ए तृष्णा। गल ख्याल विच रखियो समुची संगत, जेड़ी तृष्णा है ना ए हमेशा वधदी रहिंदी है, वधदी रहिंदी है। एक आहे पलंगम हे तृष्णे तू ही मम संग रही दिन राती। ए भरथरी जी दे शब्द ने, ओ भरथरी जिसने अपना राज भाग त्याग दिता, अपनियां 1400 राणियां त्याग दित्तियां भरथरी जी ने, पर तृष्णा ना त्याग सकिया। रस्ते विच तुरिया जा रहा सी, चन्न दी चाननी रात सी, ते किसे उस तो पहलों नंगण वाले ने पान चब के ते थुकिया होया सी धरती ते। ओ पान वाला थुक धरती ते लाल रंग दा पिया है, भरथरी तुरिया जा रहा है ते तृष्णा जाग पई। जेड़ा हीरे जवाहरात छड़ के चले गया, 1400 राणियां छड़ के चले गया, मन विच तृष्णा पैदा हो गई, वह थुक चुकन लग्या भी ये लाल पिया होया। जदों उसके हाथ लिबड़ गए ना, बड़िया लानतां पाई अपने आप नूं, लाल जड़त मंदर तजे अर सखियन के साथ रे मन धोखे लाल के भरे पीक से हाथ। लाल दे धोखे ओ मना अपने हाथ जड़े ने थुक नाल भर ले। ए तृष्णा हमेशा वधदी है ते बुझदी कदों है, तृष्णा बुझै हर कै नाम। परमात्मा दा नाम जपन करके संगत करन करके तृष्णा बुझदी है। पहली गल जिहड़ी वधे वधे हमेशा ए तृष्णा है, इहदी व्याख्या करिए ते बहुत समा चाहीदा है पर समा नहीं है। दूसरा सौदा केड़ा है, घटे घटे घटे, यह है उम्र। उम्र हमेशा घटदी है घटदी है घटदी है। आप जी पढ़ते हो ना सतगुरु पातशाह जी दे अमृत बचन, जननी जानत सुत बड़ा होता है, इतना को न जाने जे दिन दिन अवध घटता है। मोर मोर कर अधक लाड तर, पेखत ही जमराओ हस। जदों साडा जन्म नहीं ना होया सी उदों असी बिल्कुल साडी उम्र पूरी सी, उसनू कहिंदे ईशा। जदों बिल्कुल अपनी जात विच पूरा हुंदा जीव, जदों माता दे गर्भ विचों जन्म लिया, पहला स्वास आ गया ते घटनी शुरू हो गई। सतगुरां दे बचन पढ़दे हो ना, शिन शिन औद बिहात है, फूटे कट जो पानी। घड़ा टुटा होवे ना, त्रेड़ आई होवे, घड़ा सिमदा होवे ते थोड़ा थोड़ा करके पानी घटदा 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 रहिंदा है। ये साडी जिहड़ी उम्र है ना, एक एक श्वास करके घटदी 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 जा रही है। ते तीजे की है, ना वधे ना घटे, वह है साडे श्वास जिहड़े ने। ਗਿਣ ਘਾਲੇ ਸਿਵ ਸਭ ਦਿਵਸ ਸਾਸ, ਨੈ ਵਡਣ ਘਟਣ ਤਿਲ ਸਾਰ। ਮਾਲਕ ਨੇ ਸਵਾਸ ਗਿਣ ਕੇ ਦਿੱਤੇ ਨੇ, ਇਹ ਨਾ ਤਿਲ ਮਾਤਰ ਵਧਨੇ ਨੇ ਨਾ ਘਟਣੇ ਨੇ। ਫਿਰ ਜੇ ਸਵਾਸ ਵਧਨੇ ਘਟਣੇ ਹੀ ਨਹੀਂ,
ਤੇ ਕਿਉਂ ਨਾ ਸਵਾਸਾਂ ਨੂੰ ਲੇਖੇ ਵਿੱਚ ਲਾ ਲਿਆ ਜਾਵੇ, ਕਿਉਂਕਿ ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵੋ, ਜਾਣ ਕੇ ਜੀ ਪੁਰਾਣਾ। ਇਹਦੇ ਨਾ ਤਿਲ ਮਾਤਰ ਘਟਣੇ ਨੇ ਨਾ ਵਧਣੇ ਨੇ, ਇਸ ਕਰਕੇ ਸਵਾਸ ਅਜਾਈ ਨਹੀਂ ਜਾਣ ਦੇਣੇ ਚਾਹੀਦੇ। ਸਿਨੇਮਿਆਂ ਕਲੱਬਾਂ ਪੱਬਾਂ ਵਿੱਚ ਮਾੜੀ ਸੰਗਤ ਵਿੱਚ ਕਦੇ ਵੀ ਸਿੱਖ ਨੇ ਜਾ ਕੇ ਨਹੀਂ ਬੈਠਣਾ। ਸੰਗਤ ਕਰੀਏ ਸਾਧਕੀ ਦਿਨ ਦਿਨ ਦੂਣਾ ਹੇਤ। ਅੱਜ ਦੋ ਘੜੀਆਂ ਸੰਗਤ ਕੀਤੀ, ਕੱਲ ਨੂੰ ਚਾਰ ਘੜੀਆਂ, ਪਰਸੋਂ ਛੇ ਘੜੀਆਂ। ਇਸੇ ਕਰਕੇ ਮਹਾਂਪੁਰਸ਼ ਕਹਿੰਦੇ ਨੇ ਭਲਿਆ ਸਿਮਰਨ ਕਰ, ਭਾਵੇਂ ਪਹਿਲੇ ਦਿਨ ਤੂੰ ਪੰਜ ਵੇਰੀ ਵਾਹਿਗੁਰੂ ਕਹਿ, ਅੱਲਾ ਕਹਿ, ਗੋਡ ਕਹਿ, ਕੁਝ ਵੀ ਕਹਿ। ਦੂਸਰੇ ਦਿਨ 10 ਮਿੰਟ ਬੋ ਕਰ, ਤੀਸਰੇ ਮਿੰਟ ਦਿਨ 15 ਮਿੰਟ ਸ਼ੁਰੂ ਕਰ ਦੇ, ਤੇ ਹੌਲੀ ਹੌਲੀ ਐਸੀ ਅਵਸਥਾ ਬਣ ਜਾਏਗੀ ਸਵਾਸ ਸਵਾਸ ਸਿਮਰਨ ਚੱਲ ਪਵੇਗਾ। ਤੇ ਉਮਰ ਸਾਈ ਵਿੱਚ ਲੇਖੇ ਦੇ, ਜੋ ਯਾਦ ਸਾਈ ਵਿੱਚ ਗੁਜ਼ਰੇ ਪੈਂਦੀ ਮੁਜ਼ਰੇ। ਉਹ ਮਾਲਕ ਦੀ ਯਾਦ ਵਿੱਚ ਜਿਹੜਾ ਸਮਾਂ ਬਤੀਤ ਹੁੰਦਾ ਹੈ ਨਾ, ਉਹੀ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਵਾਨ ਨੀਕ ਹੁੰਦਾ ਹੈ। ਇਸ ਕਰਕੇ ਇਹ ਮਨੁੱਖਾ ਜੀਵਨ ਮਿਲਿਆ ਪਰ ਉਪਕਾਰ ਕਰਨ ਵਾਸਤੇ, ਧਰਮ ਦੀ ਕਿਰਤ ਕਰਨ ਵਾਸਤੇ, ਨਾਮ ਜਪਣ ਵਾਸਤੇ, ਵੰਡ ਛਕਣ ਵਾਸਤੇ। ਤੇ ਇਹਨਾਂ ਪਰਿਵਾਰਾਂ ਨੇ ਬਹੁਤ ਵੱਡੀਆਂ ਸੇਵਾਵਾਂ ਕਰ ਰਹੇ ਨੇ। ਕੈਨੇਡਾ ਦੇ ਵਿੱਚ ਵੀ ਕਲੇਰ ਸਾਹਿਬ ਸਕੂਲ ਚਲਾ ਰਹੇ ਨੇ। ਇਹ ਬਹੁਤ ਵੱਡੀ ਸੇਵਾ, ਬਹੁਤ ਵੱਡਾ ਇਹ ਦਾਨ ਹੈ ਜਿਹੜਾ ਸਦੀਆਂ ਤੱਕ ਚੱਲਣ ਵਾਲਾ ਹੈ। ਧਨ ਤੇ ਮੁੱਕ ਜਾਏਗਾ। ਕਈ ਵਾਰੀ ਦੇਖਿਆ ਅੱਜ ਦੇ ਅਮੀਰ ਕੱਲ ਗਰੀਬ ਹੋ ਸਕਦੇ ਨੇ, ਅੱਜ ਕਰੇੜੀ ਲਾਉਣ ਵਾਲਾ ਕੱਲ ਨੂੰ ਕਰੋੜਾਂ ਪਤੀ ਹੋ ਸਕਦਾ, ਲਾਟਰੀ ਨਿਕਲ ਸਕਦੀ ਉਸਦੀ। ਪਰ ਇਹ ਜਿਹੜਾ ਧਨ ਹੈ ਨਾ, ਇਹੋ ਧਨ ਅਖੁੱਟ, ਨਾ ਨਿਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ, ਇਹ ਪੂਰੇ ਗੁਰੂ ਨੇ ਬਖਸ਼ਿਸ਼ ਕੀਤੀ ਹੈ, ਅਤੁੱਟ ਧਨ ਬਖਸ਼ਿਸ਼ ਕੀਤਾ ਹੈ। ਸਾਹਿਬ ਜੀ ਕਿਰਪਾ ਕਰਨ, ਪਰਿਵਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਦੇ ਕਾਰੋਬਾਰ ਬਖਸ਼ਿਸ਼ ਕਰਨ, ਤੇ ਦਸਵੰਦ ਗੁਰੂ ਕੇ ਅਰਥ ਗਰੀਬਾਂ ਦੇ ਇਲਾਜ ਵਾਸਤੇ ਹਮੇਸ਼ਾ ਖਰਚ ਕਰਦੇ ਰਹਿਣ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ। ਦਾਸ ਇੱਥੇ ਸਮਾਪਤੀ ਕਰੇ, ਕਿਉਂਕਿ ਮੌਸਮ ਵੀ ਕੁਛ ਇਸ ਤਰ੍ਹਾਂ ਦਾ ਲੱਗਦਾ ਵੀ ਸ਼ਾਇਦ ਹੋ ਸਕਦਾ ਕਿਸੇ ਪ੍ਰਕਾਰ ਕੋਈ ਕਣੀਆਂ ਆ ਜਾਣ। ਇਸ ਕਰਕੇ ਸੰਗਤਾਂ ਜਿਤਨਾ ਲਾਹਾ ਲੈ ਲੈਣ ਉਤਨਾ ਹੀ ਥੋੜ੍ਹਾ ਹੈ। ਦਾਸ ਆਪ ਸੰਗਤਾਂ ਦਾ ਝਾੜੂ ਬਰਦਾਰ ਹੈ। ਚੱਠਾ ਸਾਹਿਬ ਹੁਕਮ ਕਰਦੇ ਨੇ, ਸਰਦਾਰ ਜਗਜੀਤ ਸਿੰਘ ਜੀ ਹੁਕਮ ਕਰਦੇ ਨੇ, ਪਿਆਰ ਕਰਦੇ ਨੇ ਆਪ ਸੰਗਤਾਂ ਦੇ, ਸਤਿਗੁਰਾਂ ਦੇ ਦੀਦਾਰ ਕਰਵਾਉਂਦੇ ਨੇ। ਇਤਨੇ ਸ਼ਬਦ ਪ੍ਰਵਾਨ ਕਰਦੇ ਹੋਏ ਪਿਆਰ ਵਿੱਚ ਭਿੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।